ਸ਼ੁਕਰ ਵੀਰੇ। ਹੈਲੋ ਜੀ। ਹੈਲੋ ਹੈਲੋ ਹੈਲੋ, ਕੀ ਹਾਲ ਚਾਲ ਹੈ ਜੀ? ਸਾਰੇ ਠੀਕ ਠਾਕ ਹੋ ਬਾਈ? ਆ ਜਾਓ ਵੀਰੇ, ਜਿਹੜੇ ਜਿਹੜੇ ਜਾਗਦੇ ਨੇ ਆ ਜਾਓ। ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਠੀਕ ਠਾਕ ਹੋ ਜੀ? ਕੁਛ ਨਹੀਂ ਵੀਰੇ, ਅੱਜ ਅੱਖਾਂ ਸੁੱਜੀਆਂ ਪਈਆਂ ਵੀਰੇ, ਰਾਤ ਹੀ ਬਸ ਸਾਰੇ ਕੰਮ ਧੰਦੇ ਵੀਰੇ ਨਿਬੇੜ ਕੇ ਸਵੇਰੇ 5 ਵਜੇ ਅਸੀਂ ਤਾਂ ਹੁਣੀ ਬਸ ਸੁੱਤੇ ਉੱਠੇ ਸੀਗੇ, ਅਤੇ ਮੈਂ ਉੱਠਦਾ ਬਾਈ ਉੱਠਿਆ, ਮੈਂ ਫੋਨ ਵੀ ਮੇਰੇ ਕੋਲ ਨਹੀਂ ਸੀ, ਮੈਂ ਫੋਨ ਦੇਖਿਆ ਹੁਣ ਬਾਈ ਸਾਰਾ ਫੋਨ ਭਰਿਆ ਪਿਆ ਸੀ ਵੀਰੇ। ਐਕਚੁਅਲ ਦੇ ਵਿੱਚ ਬਾਈ ਆਪਣਾ ਕੱਲ੍ਹ ਪਰਸੋਂ ਗਾਣਾ ਲੀਕ ਹੋਇਆ ਗਾਣਾ ਅੜਮ ਮੁਟਿਆਰਾਂ ਫਿਲਮ ਦਾ, ਅਤੇ ਉਹਦੇ ਵਿੱਚ ਇੱਕ ਪੈਰਾ ਸੀ ਹੈ ਨਾ, ਅਤੇ ਮੈਨੂੰ ਸਾਰੇ ਪਾਸੇ ਮੈਸੇਜ ਪੋਸਟਾਂ ਪਈਆਂ ਵੀ ਸਿੱਧੂ ਨੇ ਗਲਤ ਕੀਤਾ ਗਲਤ ਕੀਤਾ। ਹਾਂਜੀ, ਮੇਰੇ ਤੋਂ ਗਲਤੀ ਹੋ ਸਕਦੀ ਹੈ ਜੀ, ਮੇਰੀ ਗਲਤੀ ਹੈ, ਠੀਕ ਹੈ ਨਾ। ਚਲੋ ਮੈਂ ਕਹਿੰਦਾ ਵੀ ਮੈਂ ਬਹੁਤ ਮੇਰੇ ਤੋਂ ਅਣਜਾਣੇ 'ਚ ਹੋਈ ਹੈ ਭੁੱਲ ਜੋ ਵੀ ਹੋਇਆ, ਪਰ ਮੈਂ ਕੋਈ ਮੇਰਾ ਕੁਛ ਇੱਦਾਂ ਦਾ ਮੋਟਿਵ ਨਹੀਂ ਸੀ ਵੀ ਮੈਂ ਕਿਸੇ ਨੂੰ ਹਰਟ ਕਰਾਂ ਜਾਂ ਕੁਛ ਵੀ ਉੱਦਾਂ ਦਾ, ਠੀਕ ਹੈ। ਮੇਰਾ ਕੁਛ ਮੀਨਿੰਗ ਕੁਛ ਹੋਰ ਸੀ ਗੱਲ ਕਹਿਣ ਦਾ, ਪਰ ਉਹ ਹੁਣ ਗਲਤ ਤਰੀਕੇ ਨਾਲ ਗੱਲ ਜੁੜ ਗਈ ਵੀ ਇੱਦਾਂ ਇੱਦਾਂ ਕਰਕੇ ਅਪਮਾਨ ਕੀਤਾ। ਜੇ ਮੈਂ ਅਪਮਾਨ ਕੀਤਾ ਜੀ ਤਾਂ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਆ ਕੇ ਆਪਾਂ ਕਹਿੰਦੇ ਵੀ ਮੈਂ ਮਾਫ਼ੀ ਕਹਿੰਦਾ, ਮਾਫ਼ੀ ਮੰਗਦਾ ਸਾਰਿਆਂ ਤੋਂ, ਪਰ ਮੇਰਾ ਕੋਈ ਇੱਦਾਂ ਦਾ ਮੋਟਿਵ ਨਹੀਂ ਸੀਗਾ ਵੀ ਮੈਂ ਕੁਛ ਕਿਸੇ ਨੂੰ ਕਿਸੇ ਹੈ ਨਾ ਵੀ ਮਾਈ ਭਾਗੂ ਜੀ ਦਾ ਕੁਛ ਮੈਂ ਡਿਸਰਿਸਪੈਕਟ ਕਰਨੀ ਹੈ ਜਾਂ ਕੁਛ ਹੋਰ ਹੈ, ਪਰ ਮੇਰਾ ਕੁਛ ਤਰੀਕਾ ਮੈਂ ਕੁਛ ਹੋਰ ਕਹਿਣਾ ਚਾਹੁੰਦਾ ਸੀ, ਪਰ ਉਹ ਗਲਤ ਤਰੀਕੇ ਨਾਲ ਕਿਸੇ ਨਾਲ ਹੋਰ ਕਿਸੇ ਨੇ ਪਾਤੀ, ਕਿਵੇਂ ਪਾਈ ਹੈ ਕਿਵੇਂ ਨਹੀਂ ਪਾਈ ਹੈ ਨਾ। ਮੈਂ ਹਜੇ ਹੁਣ ਸਵੇਰੇ ਹੀ ਉੱਠਿਆ ਸੀ, ਅਤੇ ਮੈਂ ਜਦੋਂ ਦੇਖਿਆ ਫੋਨ 'ਤੇ ਵੀ ਇੱਦਾਂ ਦਾ ਕਰਕੇ, ਮੈਂ ਮੰਨਦਾ ਜੀ ਮੇਰੇ, ਜੇ ਤੁਹਾਨੂੰ ਕਿਤੇ ਕਿਸੇ ਚੀਜ਼ ਤੋਂ ਇਤਰਾਜ਼ ਵੀ ਹੈ ਵੀ ਜੇ ਮੈਂ ਕੁਛ ਗਲਤ ਕੀਤਾ ਤਾਂ ਮੈਂ ਕੋਈ ਚੱਕਰ ਵਾਲੀ ਗੱਲ ਨਹੀਂ, ਮੈਂ ਰਿਪਲੇਸ ਪਹਿਰਾ ਹੀ ਕੱਢ ਦੂੰਗਾ ਗਾਣੇ ਦੇ ਵਿੱਚੋਂ, ਪਰ ਮੈਨੂੰ 1% ਵੀ ਜਾਂ ਕੁਛ ਇਸ ਚੀਜ਼ ਦਾ ਅੰਦਾਜ਼ਾ ਨਹੀਂ ਸੀ ਵੀ ਜਾਂ ਮੈਂ ਕਿਸੇ ਨਾਲ ਕੁਛ ਇੱਦਾਂ ਦੀ ਕੋਈ ਗੱਲ ਨਾਲ ਮੇਰੇ ਨਾਲ ਕੋਈ ਹਰਟ ਹੋ ਜਾਏ ਤਾਂ ਕੁਛ ਨੈਗੇਟਿਵ ਮੀਨਿੰਗ ਨਿਕਲੂਗਾ ਮੇਰੇ ਨਾਲ, ਯਾਨੀ ਕਿ ਇਹ ਚੀਜ਼ਾਂ ਹੁੰਦੀਆਂ ਹੀ ਰਹਿੰਦੀਆਂ ਬਾਈ, ਕੋਈ ਚੱਕਰ ਵਾਲੀ ਗੱਲ ਨਹੀਂ। ਜੇ ਤੁਹਾਨੂੰ ਕਿਸੇ ਚੀਜ਼ ਦਾ ਬੁਰਾ ਵੀ ਲੱਗਿਆ ਤਾਂ ਕੋਈ ਇਸ਼ੂ ਵਾਲੀ ਗੱਲ ਨਹੀਂ, ਮੈਂ ਉਹਨੂੰ ਰਿਮੂਵ ਕਰ ਦੂੰਗਾ। ਦੂਜੀ ਗੱਲ ਜੀ, ਆਪਾਂ ਬਹੁਤ ਸਿੱਧੇ ਸਾਧੇ ਲੋਕ ਹਾਂ ਨਾ, ਐਡੇ ਅਸੀਂ ਵੀ, ਮੈਂ ਤਾਂ ਇੰਨਾ ਕਾਬਜ ਆਪਾਂ ਨੂੰ ਛੋਟਾ ਸਮਝਦਾ ਵੀ ਮੈਂ ਕਦੇ ਧਾਰਮਿਕ ਮੁੱਦਿਆਂ ਦੇ ਵਿੱਚ ਕਦੇ ਈਵਨ ਵੀ, ਯਾਨੀ ਕਿ ਆਪਾਂ ਕਿਸੇ ਨੂੰ ਬੋਲਣਾ ਤਾਂ ਦੂਰ ਦੀ ਗੱਲ ਵੀ, ਮੈਂ ਕਦੇ ਉਸ ਚੀਜ਼ ਦੇ ਨੇੜੇ ਦੀ ਵੀ ਨਹੀਂ ਲੰਘਦਾ ਜੇ ਕੋਈ ਇੱਦਾਂ ਦਾ ਇਸ਼ੂ ਹੁੰਦਾ ਨਾ, ਵੀ ਆਪਾਂ ਪਹਿਲਾਂ ਹੀ ਕਹਿ ਰਹੇ ਕਿਉਂਕਿ ਆਪਣੀ ਉਸ ਹਿਸਾਬ ਨਾਲ ਮਤਲਬ ਬਹੁਤ ਛੋਟੀ ਹੈ ਵੀ ਆਪਾਂ ਕਿਸੇ ਨਾਲ ਬਹਿਸ